ਅਤੇ ਜਿਵੇਂ ਨਵਜੋਤ ਸਿੰਘ ਸਿੱਧੂ ਅਕਾਲੀ ਅਤੇ ਕਾਂਗਰਸ ਦੇ ਟੌਪ ਦੇ ਲੀਡਰਾਂ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਨਵਜੋਤ ਸਿੰਘ ਸਿੱਧੂ ਬਾਰੇ ਵਰਸਾ ਸਿੰਘ ਵਲਟੋਹਾ ਦਾ ਬਿਆਨ ਹੈ SLA ਵਲਟੋਹਾ ਨੇ ਸਿੱਧੂ ਨੂੰ ਦਿੱਤੀ ਹੈ ਕਿ ਟਵਿੱਟਰ ਤੇ ਡਰਾਮੇਬਾਜ਼ੀ ਛੱਡ ਕੇ ਵਿਜਲੇ ਬਹਿਤਮਨ ਨਵਜੋਤ ਸਿੰਘ ਨੂੰ ਸੁਭਾਲਣਾ ਚਾਹੀਦਾ ਜੇਕਰ ਕੋਈ ਟਾਲਾ ਲੱਗਦਾ ਹੈ ਤਾਂ ਨਵਜੋਤ ਸਿੰਘ ਨੂੰ ਜਾਂਚ ਕਰਵਾ ਲੈਣਾ ਜੇਕਰ ਅਕਾਲੀਆਂ ਦੇ ਕਾਰਜਕਾਲ ਵਿੱਚ ਹੋਏ ਬਿਜਲੀ ਸਮਝੌਤੇ ਗਲਤ ਨੇ ਤਾਂ ਕਾਂਗਰਸ ਜਾਂਚ ਕਿਉਂ ਨਹੀਂ ਕਰਵਾ ਲੈ ਸਸਿੰਗ ਬਲਟਵਾ ਸਾਡੇ ਨਾਲੇ ਬਲਟਵਾ ਸਾਹਿਬ ਇੰਡਸਟਰੀ ਨਾਲ ਅਸੀਂ ਗੱਲ ਕੀਤੀ ਹੈ ਤੇ ਕਾਫੀ ਰੋਂਦੀ ਕਰ ਲੌਂਦੀ ਪਈ ਹੈ ਕਿ ਸਰਕਾਰ ਬਿਜਲੀ ਤਾਂ ਸਾਨੂੰ ਸਾਰੇ ਸੂਬਿਆਂ ਦੇ ਵਿੱਚ ਬਹੁਤ ਮਹਿੰਗੀ ਮਿਲਦੀ ਪਈ ਹੈ ਪੰਜਾਬ ਦੇ ਵਿੱਚ ਲੇਕਿਨ ਬਿਜਲੀ ਜਿਹੜੀ ਹੈ ਬਹੁਤ ਜ਼ਿਆਦਾ ਮਹਿੰਗੀ ਹੈ ਤੇ ਇਸ ਦੇ ਨਾਲ ਨਾਲ ਸਾਨੂੰ ਬਿਜਲੀ ਮਿਲਦੀ ਨਹੀਂ ਪਈ ਜਦ ਕਿ ਸਰਕਾਰ ਨੇ ਸੱਤਾ ਚਾਣ ਤੋਂ ਪਹਿਲਾਂ ਵੱਡੇ ਵਾਅਦੇ ਕੀਤੇ ਸੀ ਤਦੋਂ ਸਭ ਤੋਂ ਪਹਿਲੀ ਤੇ ਗੱਲ ਇਹ ਕਿ ਕੋਈ ਵੀ ਇੰਡਸਟਰੀ ਹੈ ਕੋਈ ਵੀ ਕਾਰੋਬਾਰ ਹੈ ਕੋਈ ਵੀ ਅਦਾਰਾ ਹੈ ਉਹ ਬੱਤੀ ਨਾ ਚੱਲਣਾ ਬਿਜਲੀ ਨਾ ਚੱਲਣਾ ਤੇ ਸਾਨੂੰ ਮਾਣ ਹੈ ਕਿ ਅਸੀਂ ਜੇ 2007 ਤੋਂ ਲੈ ਕੇ 2017 ਤੱਕ ਪੰਜਾਬ ਦੇ ਲੋਕਾਂ ਨੇ ਸਾਨੂੰ ਸੇਵਾ ਦਿੱਤੀ ਤੇ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਸੂਬੇ ਨੂੰ ਪਾਵਰ ਸਰਪਲਸ ਕਰਾਂਗੇ ਬਿਜਲੀ ਬਾਦੂ ਵਾਲਾ ਸੂਬਾ ਬਣਾਵਾਂਗੇ ਔਰ ਬਣਾਇਆ ਅਸੀਂ ਹਰੇਕ ਵਰਗ ਨੂੰ ਜਿਹੜੀ ਆ ਜਿੰਨੀ ਉਹਨੂੰ ਲੋਡ ਸੀ ਉਹਨੇ ਉਹਨੂੰ ਬੱਤੀ ਮਹੱਈਆ ਕਰਵਾਈ ਪਰ ਕਪਟਨ ਮਨਿੰਦਰ ਸਿੰਘ ਹੋਰਾਂ ਵਾਅਦੇ ਤੇ ਬੜੇ-ਬੜੇ ਵੱਡੇ-ਵੱਡੇ ਕੀਤੇ ਸੀਗੇ ਅੱਜ ਤਾਂ ਹਾਂ ਕਿਉਂ ਮਜਰੀਆਂ ਨੇ ਚੀਕਾਂ ਤੇ ਸਮੁੱਚੇ ਪੰਜਾਬ ਦੇ ਲੋਕਾਂ ਦੀਆਂ ਬੱਤੀ ਨੂੰ ਲੈ ਕੇ ਕੜਾਈਆਂ ਹੋਈਆਂ ਨੇ ਪਰ ਖਾਸ ਕਰਕੇ ਇੰਡਸਟਰੀ ਜਿਹਦੇ ਉੱਤੇ ਸਾਡੀ ਆਰਥਿਕਤਾ ਨਿਰਭਰ ਕਰਦੀ ਹੈ ਜਿਹਦੇ ਉੱਤੇ ਵਪਾਰੀ ਵਰਗ ਜਿਹੜਾ ਨਿਰਭਰ ਕਰਦਾ ਆ ਅੱਜ ਜਿਹੜਾ ਇੰਡਸਟਰੀ ਨਾਲ ਜੁੜਿਆ ਹੋਇਆ ਵਪਾਰੀ ਹੈ ਤਾਂ ਮਾਰ ਰਿਹਾ ਹੈ ਲਾੜਤਾ ਪਾ ਰਿਹਾ ਹੈ ਕਿਉਂ ਪਾ ਰਿਹਾ ਹੈ ਕਿਉਂਕਿ ਨਸਤੀ ਨੂੰ ਕੱਟ ਹੀ ਨਹੀਂ ਲੱਗ ਰਏ ਇੰਡਸਟਰੀ ਨੂੰ ਬੰਦ ਕਰਨ ਦੇ ਹੁਕਮ ਇੱਕ ਤਰ੍ਹਾਂ ਚਾੜ੍ਹ ਦਿੱਤੇਗੇ ਕਿ ਤਿੰਨ ਤਿੰਨ ਚਾਰ ਚਾਰ ਦਿਨ ਜਿਹੜੀ ਹੈ ਇੰਡਸਟਰੀ ਖੁੱਲੂਗੀ ਨਹੀਂ ਚੱਲੂਗੀ ਨਹੀਂ ਬਿਜਲੀ ਦੇ ਕੱਟਾਂ ਨੂੰ ਲੈ ਕੇ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਫਰਾ ਨੇ ਪੰਜਾਬ ਦੀ ਇੰਡਸਟਰੀ ਦੇ ਉੱਤੇ ਇੱਕ ਅਣਹਲਾਨੀ ਜਿਹੜੀ ਐਮਰਜੈਂਸੀ ਲਾ ਦਿੱਤੀ ਹੈ ਤੇ ਉਹਦੇ ਕਰਕੇ ਮੇਰਾ ਖਿਆਲ ਹੈ ਕਿ ਕੋਈ ਕੋਈ ਵੀ ਸ਼ਹਿਰ ਕੋਈ ਵੀ ਕਸਬਾ ਅਜੇਹਾ ਨਹੀਂ ਹੋਣਾ ਕਿ ਜਿੱਥੇ ਨੈਸ਼ਨਲਿਸਟ ਅੱਜ ਤਾਂ ਨਹੀਂ ਮਾਰਿਆ ਪੰਜਾਬ ਦੇ ਵਿੱਚ ਬਿਜਲੀ ਦੇ ਉੱਪਰ ਵੱਡੀ ਰਾਜਨੀਤਿਕ ਕੇਜਰੀਵਾਲ ਆਂਦੇ ਨੇ ਉਹ ਪੰਜਾਬ ਦੇ ਕਹਿੰਦੇ 300 ਯੂਨਿਟ ਫ੍ਰੀ ਦਿੱਤੀ ਜਾਊਗੀ ਅਕਾਲੀ ਦਲ ਕਹਿੰਦੇ ਬਿਜਲੀ ਸਸਤੀ ਕਰੂਗਾ ਕੈਪਟਨ ਅਮਰਿੰਦਰ ਸਿੰਘ ਕੁਝ ਹੋਰ ਕਹਿੰਦੇ ਵੀ ਇਸੇ ਵਿੱਚ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਕੈਪਟਨ ਨੇ ਇਹ ਵਿਭਾਗ ਦਿੱਤਾ ਸੀ ਅੱਜ ਉਹ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਇਹਦਾ ਰੋਡ ਮੈਪ გას ਦੇਵੇ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਆਪ ਹੀ ਫਿਰ ਵਿਭਾਗ ਜਿਹੜਾ ਜੁਆਇਨ ਕਰਕੇ ਇਹਨੂੰ ਠੀਕ ਕਰ ਦੇਣਾ ਚਾਹੀਦਾ ਸੀ ਸਭ ਤੋਂ ਪਹਿਲੀ ਤੇ ਗੱਲ ਕਿ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਇਹ ਮਹਿਕਮਾ ਦਿੱਤਾ ਗਿਆ। ਇਹ ਤਾਂ ਅਹਿਮ ਮਹਿਕਮਾ ਦਿੱਤਾ ਗਿਆ ਜਿੱਥੇ ਨਵਜੋਤ ਸਿੰਘ ਸਿੱਧੂ ਵਰਗੈਂ ਦੀ ਜ਼ਰੂਰਤ ਸੀ। ਤੇ ਫਿਰ ਉਹਦਾ ਚਾਰਜ ਕਿਉਂ ਨਹੀਂ ਲਿਆ? ਤੁਸੀਂ ਟਵੀਟ ਦੇ ਉੱਤੇ ਸਲਾਹਾਂ ਦੇਣ ਯੋਗੀ ਜੇ। ਟਵੀਟ ਦੇ ਉੱਤੇ ਕਿੰਤੂ ਪਰੰਤੂ ਕਰਨ ਯੋਗੀ ਜੇ। ਤੇ ਕੀਤਾ ਤਾਂ ਤੁਸੀਂ ਕੁਝ ਵੀ ਨਹੀਂ। ਇਹ ਸਿਆਸਤ ਨਹੀਂ, ਇਹ ਡਰਾਮੇਬਾਜ਼ੀ ਹੈ। ਤੇ ਡਰਾਮੇਬਾਜ਼ੀਆਂ ਨਾਲ ਘਰ ਵੀ ਨਹੀਂ ਚੱਲਦੇ ਤੇ ਫਿਰ ਸਰਕਾਰਾਂ ਚਲਾਉਣ ਦੀਆਂ ਗੱਲਾਂ ਕਰਦੇ ਨੇ, ਵਿਭਾਗ ਚਲਾਉਣ ਦੀਆਂ ਗੱਲਾਂ ਕਰਦੇ ਨੇ। ਬੜੀਆਂ ਬੜੀਆਂ ਸਲਾਹਾਂ ਦਿੰਦੇ ਨੇ ਕਹਿੰਦੇ ਡਰਾਮੇ ਬਾਈ ਜੀ ਨੇ ਨਵਜੋਤ ਸਿੰਘ ਸਿੱਧੂ ਨੂੰ ਇੰਨੇ ਲੱਗਦਾ ਅੱਜ ਵੀ ਵਿਭਾਗ ਖਾਲੀ ਪਿਆ ਤੇ ਕੈਪਟਨ ਅਮਿੰਦਰ ਸਿੰਘ ਨੇ ਕਿਹਾ ਕਿ ਵੈਲਕਮ ਹੈ ਕਿ ਉਹ ਵਿਭਾਗ ਜਿਹੜਾ ਜੁਆਇਨ ਕਰਨ ਬਿਲਕੁਲ ਕਰਨਾ ਚਾਹੀਦਾ ਔਰ ਕਰਨਾ ਚਾਹੀਦਾ ਕੰਮ ਕਰਕੇ ਵਿਖਾਉਣਾ ਚਾਹੀਦਾ ਔਰ ਅਸੀਂ ਚੈਲੰਜ ਕਰਦੇ ਹਾਂ ਕਿ ਜੇ ਸਾਡੇ ਵੱਲੋਂ ਕੀਤੇ ਹੋਏ ਸਮਝੌਤਿਆਂ ਦੇ ਵਿੱਚ ਰਣਚਕ ਮਾਤਰ ਵੀ ਕੋਈ ਗਲਤੀ ਹੈ ਤੇ ਮੁਕਦਮਾ ਦਰਜ ਕਰੋ ਤੇ ਸਾਡਾ ਵੱਡੇ ਤੋਂ ਵੱਡਾ ਆਗੂ ਹੈ ਜਾਂ ਵੱਡੇ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਕਰਦੇ ਹਾਂ ਕਿ ਉਹ ਵਿਭਾਗ ਸਾਂਭਦੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਨਵਜੋਤ ਸਿੰਘ ਸਿੱਧੂ ਕਰਲੇ ਕੈਪਟਨ ਅਮਰਿੰਦਰ ਸਿੰਘ ਕਰਲੇ ਤੇ ਜਿਹੜਾ ਵੀ ਕੋਈ ਵਿਰੋਧੀ ਹੈਗਾ ਆ ਜੇ ਕੋਈ ਸਾਡਾ ਹੋਰ ਕੋਈ ਵਿਰੋਧੀ ਹੈਗਾ ਤੇ ਉਹਨੂੰ ਦਫਾਤ ਵਿੱਚ ਜਾ ਕੇ ਦਰਵਾਜ਼ਾ ਖੜਕਾਉਣ ਦੀ ਲੋੜ ਹੈ ਕਿ ਇੱਥੇ ਗ੍ਰਾਹ ਹੋਇਆ ਇੱਥੇ ਇੱਥੇ ਜਿਹੜਾ ਆ ਨਿਯਮਾਂ ਦੀ ਲੰਘਣਾ ਕੀਤੀ ਗਈ ਹੈ ਇਹਨਾਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਜ਼ੁਬਾਨੀ ਕਲਾਮੀ ਜਿਹੜੇ ਸਿਆਸੀ ਬਿਆਨਨਾ ਦੇਣ ਹਕੀਕਤ ਦੀ ਗੱਲ ਕਰਨ ਭਾਗ ਜੁਆਇਨ ਕਰਨ ਤੇ ਇਨਵੈਸਟੀਗੇਸ਼ਨ ਕਰ ਬਿਲਕੁਲ ਕਰਨ ਅਸੀਂ ਤੇ ਚੈਲੰਜ ਕਰਦੇ ਆ ਨਵਜੋਤ ਸਿੰਘ ਸਿੱਧੂ ਨੂੰ ਜੋ ਬਿਲਕੁਲ ਤੇ ਇਹ ਸੀ ਕਿ ਵਿਰਸਾ ਸਿੰਘ ਵਲਟੋਆ ਦੇ ਤੇ ਜਿਨ੍ਹਾਂ ਨੇ ਸਿੱਧਾ ਜਿਹੜਾ ਚਾਲੇ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਿੰਦਰ ਸਿੰਘ ਨੂੰ ਦਿੱਤਾਗਾ ਕਿ ਉਹ ਅਗਰ ਉਹਨਾਂ ਨੂੰ ਲੱਗਦਾ ਕਿ ਇਸ ਦੌਰਾਨ ਕੁਝ ਵੀ ਗਲਤ ਹੋਇਆ ਤੇ ਨਵਜੋਤ ਸਿੰਘ ਸਿੱਧੂ ਟਵਿੱਟਰ ਦੇ ਉੱਪਰ ਕੁਝ ਕਹਿਣ ਨਾਲ ਉਹ ਚੰਗਾ ਵਿਭਾਗ ਅੱਜ ਹੀ ਜੁਆਇਨ ਕਰਨ ਤੇ ਇਨਵੈਸਟੀਗੇਸ਼ਨ ਕਰਨ ਸ਼ੁਭਮ ਸ਼ਰਮਾ ਦੇ ਨਾਲ ਤਾਂ ਆਪਣੇ ਮਨੋਤਰਾ ਜੀ ਮੀਡੀਆ ਅੰਮ੍ਰਿਤਸਰ